ਅਤੇ ਜਿਨ੍ਹਾਂ ਨੇ ਵੀ ਲੈਣਾ ਸੋਨਾਲੀਕਾ DI-6 RX ਸਿਕੰਦਰ। ਅਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ ਤਾਂ ਉਹ ਵੀ ਤੁਹਾਨੂੰ ਦੱਸ ਦਿਆਂ, ਲਓ ਜੀ ਆਪੇ ਪਹਿਲਾਂ ਤੁਹਾਨੂੰ ਦਿਖਾਉਣਾ, ਘੋੜਾ ਬੰਪਰ ਲੱਗਾ ਐਨ ਪੂਰੇ ਮਜ਼ਬੂਤ ਦੇ ਵਿੱਚ, ਘੋੜਾ ਬੰਪਰ ਲੱਗਿਆ ਹੋਇਆ ਹੈਗਾ ਅਤੇ ਟਾਇਰ ਵਗੈਰਾ ਇਹਦੇ ਪੂਰੇ ਵਧੀਆ ਪਏ ਨੇ, 80-90 ਪੈਸੇ ਟਾਇਰ ਪਏ ਨੇ। ਪਿਛਲੇ 16 ਦੇ ਟਾਇਰਾਂ ਦੇ ਵਿੱਚ ਆ ਜੀ, ਇਹ 16 ਦੇ ਟਾਇਰਾਂ ਦੇ ਵਿੱਚ ਆ ਜੀ ਸਿਕੰਦਰ ਸੋਨਾਲੀਕਾ। ਅਤੇ ਇਹਦੀ ਪੱਠੀ ਵਗੈਰਾ ਐਨ ਦੇਖੋ, ਕਿਸੇ ਪਾਸੇ ਸੇਕ ਨਹੀਂ ਲੱਗਿਆ। ਅਤੇ ਜੇ ਇਹਦੇ ਮਾਡਲ ਦੀ ਗੱਲ ਕਰੀਏ ਤਾਂ ਇਹ ਮਾਡਲ ਹੈਗਾ 2019, ਅਤੇ ਇਹ ਬਿਲਕੁਲ ਮਤਲਬ 1450 ਜਾਂ 1500 ਘੰਟੇ ਚੱਲਿਆ ਹੋਇਆ ਹੈਗਾ ਅਤੇ ਜੈਨੂਅਨ ਚੱਲਿਆ ਹੋਇਆ ਹੈਗਾ। ਸਾਈਡ ਗੇਅਰ ਦੇ ਵਿੱਚ ਆ ਜੀ ਇਹ, ਅਤੇ 2 ਸਪੀਡ ਆ ਜੀ ਇਹ ਵੀ, ਅਤੇ ਪੈਰਦਾਨਿਆਂ ਤੋਂ ਦੇਖੋ ਜੀ ਬਿਲਕੁਲ ਸਾਫ਼ ਪਿਆ ਹੈਗਾ। ਅਤੇ ਪਿੱਛੋਂ ਵੀ ਟਾਇਰ ਵਗੈਰਾ ਰਿੰਬ ਵਗੈਰਾ ਬੇਟ ਵਗੈਰਾ ਲੱਗੇ ਹੋਏ ਨੇ, ਅਤੇ ਪਿੱਛੋਂ ਗਰਾਟਾਂ ਦੇ ਵਿੱਚੋਂ ਵੀ ਐਨ ਪੂਰਾ ਵਧੀਆ ਸਾਫ਼ ਪਿਆ ਹੈਗਾ। ਪਿੱਛੋਂ ਹੁੱਕ ਵੀ ਇਹਦੀ ਵੀ ਦੇਖੋ ਜੀ, ਇਹਦੀ ਵੀ ਮਤਲਬ ਬਹੁਤ ਘੱਟ ਚੱਲਿਆ ਹੋਇਆ ਟਰਾਲੀ ਵਗੈਰਾ, ਅਤੇ ਪਿੱਛੋਂ ਵੀ ਐਂ ਕੰਡੀਸ਼ਨ ਪੂਰੀ ਵਧੀਆ ਪਈ ਆ। ਅਤੇ ਇਹ ਵੀ ਰਿਵਰਸ PTO ਦੇ ਵਿੱਚ ਆ ਜੀ, ਅਤੇ ਜਿਨ੍ਹਾਂ ਨੇ ਵੀ ਲੈਣਾ ਹੈਗਾ ਇਹ ਟਰੈਕਟਰ ਅਤੇ ਨੰਬਰ ਟਾਈਟਲ ਦੇ ਵਿੱਚ ਚੱਲੀ ਜਾਂਦਾ। ਅਤੇ ਜੇ ਵੇਟਾਂ ਦੀ ਗੱਲ ਕਰੀਏ ਤਾਂ ਵੇਟ 34 ਕਿਲੋ ਜਿਹੜੇ ਵੇਟ ਲੱਗੇ ਹੋਏ ਨੇ, ਅਤੇ ਦੋਨੇ ਸਾਈਡਾਂ, ਇੱਕ ਸਾਈਡ 34 ਕਿਲੋ ਲੱਗਿਆ ਹੋਇਆ ਅਤੇ ਦੋਨੇ ਸਾਈਡਾਂ 'ਤੇ ਤੁਸੀਂ ਲਾ ਲਓ। ਅਤੇ ਗੇਅਰ ਵਗੈਰਾ ਐਨ ਪੂਰੇ ਕੰਡੀਸ਼ਨ ਪੂਰਾ ਵਧੀਆ ਪਿਆ ਹੈਗਾ, ਅਤੇ ਕਿਸੇ ਪਾਸੇ ਵੀ ਕੋਈ ਚਾਬੀ ਵਗੈਰਾ ਨਹੀਂ ਲੱਗੀ ਹੋਈ, ਕਲਮ ਵਗੈਰਾ ਨਹੀਂ ਲੱਗੀ ਹੋਈ। ਅਤੇ ਇੱਥੋਂ ਪਤਾ ਲੱਗ ਜਾਂਦਾ ਵੀ ਦੇਖੋ ਜੀ ਇੱਥੋਂ ਕੰਡੀਸ਼ਨ ਪੂਰੀ ਵਧੀਆ ਪਈ ਆ। ਅਤੇ ਜਿਨ੍ਹਾਂ ਨੇ ਵੀ ਲੈਣਾ ਹੈਗਾ ਸੋਨਾਲੀਕਾ DI-60 RX, ਅਤੇ ਕੰਡੀਸ਼ਨ ਐਨ ਇਹਦੀ ਵੀ 23-24 ਵਰਗੀ ਲੱਗ ਰਹੀ ਆ, ਅਤੇ ਸਤਰੀ ਵਗੈਰਾ ਲੱਗੀ ਹੋਈ ਆ। ਅਤੇ ਬਾਕੀ ਇਹਦੇ ਰੇਟ ਦੀ ਜਿਹੜੀ ਡਿਮਾਂਡ ਆ ਜੀ ਉਹ ਹੈਗੀ ਆ 585,000, ਅਤੇ ਮੌਕੇ 'ਤੇ 565,000, ਯਾਨੀ ਕਿ 20,000 ਰੁਪਇਆ ਡਿਸਕਾਊਂਟ ਕਰਤਾ। ਅਤੇ ਇਹ ਵੀ ਜਿਹੜਾ ਨੰਬਰ ਉੱਪਰ ਟਾਈਟਲ 'ਤੇ ਚੱਲੀ ਜਾਂਦਾ ਹੈਗਾ। ਸੋਮਵਾਰ ਨੂੰ ਇਹ ਟਰੈਕਟਰ ਹੈਗਾ ਜੀ ਮੰਡੀ ਦੇ ਵਿੱਚ, ਬਰਨਾਲਾ ਮੰਡੀ ਦੇ ਵਿੱਚ ਹੁੰਦਾ ਟਰੈਕਟਰ। ਅਤੇ ਜੇ ਉੱਦਾਂ ਲੈਣਾ ਤਾਂ ਇਹ ਪਰਵਾਹੀ ਆ ਜਿਹੜੇ ਭੋਲਾ ਸਿੰਘ ਉਹਨਾਂ ਜੀ ਕੋਲ, ਅਤੇ ਉੱਪਰ ਨੰਬਰ ਚੱਲੀ ਜਾਂਦਾ ਟਾਈਟਲ ਦੇ ਵਿੱਚ, ਅਤੇ ਤੁਹਾਨੂੰ ਇਹਦਾ ਵੀ ਜੈਨੂਅਨ ਚੱਲਿਆ ਹੋਇਆ ਹੈਗਾ ਵੀ, ਅਤੇ 1500-1600 ਘੰਟੇ ਤੁਹਾਨੂੰ ਦਿਖਾ ਦਿੰਦੇ ਇਹਦਾ ਵੀ। ਅਤੇ ਚਾਬੀ ਲਾ ਕੇ ਆਪਾਂ ਲਓ ਜੀ 1443, ਮੈਂ ਤੁਹਾਨੂੰ ਇੱਧਰ ਵੀ ਦਿਖਾ ਦੇਣਾ, ਲਓ ਜੀ 1443 ਆ ਜਿਹੜਾ ਉਹ ਜੈਨੂਅਨ ਚੱਲਿਆ ਹੋਇਆ ਹੈਗਾ, ਅਤੇ ਸਿਰਫ 1443 ਘੰਟੇ ਚੱਲੇ ਹੋਏ। ਜਿਨ੍ਹਾਂ ਨੇ ਵੀ ਲੈਣਾ ਨੰਬਰ ਉੱਪਰ ਟਾਈਟਲ ਦੇ ਵਿੱਚ ਚੱਲੀ ਜਾਂਦਾ, ਘੋੜਾ ਬੰਪਰ ਲੱਗਿਆ ਹੋਇਆ, ਟਾਇਰ ਵਗੈਰਾ ਪੂਰੇ ਵਧੀਆ ਨੇ। ਅਤੇ ਜਿਨ੍ਹਾਂ ਨੇ ਵੀ ਲੈਣਾ ਸੋਨਾਲੀਕਾ DI-60 RX 16 ਦੇ ਟਾਇਰਾਂ ਦੇ ਵਿੱਚ, ਕੰਡੀਸ਼ਨ ਪੱਖੋਂ ਪੂਰਾ ਵਧੀਆ, 19 ਮਾਡਲ, ਅਤੇ ਰੇਟ ਦੀ ਗੱਲ 5,65,000 ਰੁਪਏ ਦਾ ਜਿਹੜਾ ਬਣ ਜੂਗਾ CM ਸਰਵਿਸ, ਜਿਹੜੇ ਸਟੀਕਰ ਵਗੈਰਾ ਸਾਰੇ ਨਾਲ ਦੇ ਲੱਗੇ ਹੋਏ ਨੇ। ਅਤੇ ਕਰ ਲਿਓ ਕੰਟੈਕਟ ਜੀ ਜਿਨ੍ਹਾਂ ਨੇ ਵੀ ਲੈਣਾ, ਅਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ, YouTube ਚੈਨਲ ਨੂੰ ਕਰ ਲਿਓ ਸਬਸਕ੍ਰਾਈਬ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ, ਧੰਨਵਾਦ ਮਿਹਰਬਾਨੀ, ਅਤੇ ਕਰ ਲਿਓ ਕੰਟੈਕਟ ਜਿਨ੍ਹਾਂ ਨੇ ਵੀ ਇਹ ਟਰੈਕਟਰ ਲੈਣਾ।